2024 ਦੀਆਂ ਚੋਣਾਂ ਨੂੰ ਲੈ ਕੇ ਸਰਕਾਰ ਵੱਲੋਂ ਪੂਰੀ ਸਖਤਾਈ ਵਰਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਜ਼ਿਲ੍ਹਾ ਨਿਰਵਾਚਨ ਪਦਰ ਅਧਿਕਾਰੀ ਸਹਾਇਕ ਆਯੁਕਤ ਪੁਨੀਤ ਸ਼ੇਰਗਿੱਲ ਨੇ ਐਕਸਾਈਜ਼ ਕਮਿਸ਼ਨਰ ਪਟਿਆਲਾ ਡਿਵੀਜ਼ਨ ਦੇ ਅਧਿਕਾਰੀਆਂ ਅਤੇ ਸ਼ਰਾਬ ਦੇ ਠੇਕੇਦਾਰਾਂ ਨਾਲ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ, ਕੋਈ ਵੀ ਠੇਕੇਦਾਰ ਬਿਨਾਂ ਕਾਗਜ਼ਾਂ ਤੋਂ ਸ਼ਰਾਬ ਦੀ ਢੋ ਢੁਆਈ ਨਹੀਂ ਕਰੇਗਾ ਤੇ ਨਾ ਹੀ ਸਟਾਕ ਕਰੇਗਾ। ਇਸ ਸਬੰਧੀ ਵਿਭਾਗ ਵੱਲੋਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ ਪੁਲਿਸ ਨਾਲ ਮਿਲ ਕੇ, ਤਾਂ ਜੋ ਕੋਈ ਚੋਣਾਂ ਦੌਰਾਨ ਇਸ ਤਰ੍ਹਾਂ ਦੀ ਹਰਕਤ ਨਾ ਕਰ ਸਕੇ, ਨਾ ਹੀ ਸ਼ਰਾਬ ਨਜਾਇਜ਼ ਲਿਆ ਸਕੇ ਤੇ ਨਾ ਹੀ ਕੋਈ ਨਸ਼ੀਲੀਆਂ ਦਵਾਈਆਂ ਦੀ ਢੋ ਢੁਆਈ ਕਰੀ ਜਾਏਗੀ। ਅੱਜ ਦੀ ਮੀਟਿੰਗ ਅਸੀਂ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਜਿਹੜੇ ਨਵੇਂ ਸ਼ਰਾਬ ਦੇ ਰਿਟੇਲ ਲਾਇਸੈਂਸੀਜ਼ ਨੇ ਉਹਨਾਂ ਨਾਲ ਕੀਤੀ ਹੈ ਅਤੇ ਇਸ ਮੀਟਿੰਗ ਦੀ ਪ੍ਰਧਾਨਗੀ ਫਤਿਹਗੜ੍ਹ ਸਾਹਿਬ ਦੇ ਮਾਣਯੋਗ ਡਿਪਟੀ ਕਮਿਸ਼ਨਰ ਮੈਡਮ ਦੁਆਰਾ ਕੀਤੀ ਗਈ ਹੈ, ਜਿਸ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋਏ ਹਨ। ਲਾਇਸੈਂਸੀਆਂ ਨੂੰ ਇਸ ਮੀਟਿੰਗ 'ਚ ਇਹ ਹਦਾਇਤ ਕੀਤੀ ਗਈ ਹੈ ਕਿ ਮੋਡਲ ਕੋਡ ਆਫ ਕੰਡਕਟ ਦੇ ਮੱਦੇਨਜ਼ਰ ECI ਵੱਲੋਂ ਜਿੰਨੀਆਂ ਜਾਰੀ ਹਦਾਇਤਾਂ ਨੇ ਉਹਨਾਂ ਦਾ ਪਾਲਣ ਕੀਤਾ ਜਾਵੇ। ਸ਼ਰਾਬ ਦੀ ਜਿਹੜੀ ਮੂਵਮੈਂਟ ਹੈ ਉਹ ਬਿਲਕੁਲ ਡਾਕੂਮੈਂਟਸ ਤੋਂ ਇਲਾਵਾ, ਡਾਕੂਮੈਂਟਸ ਤੋਂ ਬਗੈਰ ਸ਼ਰਾਬ ਦੀ ਕੋਈ ਮੂਵਮੈਂਟ ਨਾ ਕੀਤੀ ਜਾਵੇ। ਔਰ ਇਲੀਗਲ ਸਟੋਰੇਜ ਦਾ ਵੀ ਉਹਨਾਂ ਨੂੰ ਵਾਰਨ ਕੀਤਾ ਕਿ ਕੋਈ ਇਲੀਗਲ ਸਟੋਰੇਜ ਪਕੜੀ ਜਾਂਦੀ ਹੈ ਤਾਂ ਉਹਦੇ 'ਤੇ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਤੋਂ ਇਲਾਵਾ ਲਾਇਸੈਂਸੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਆਪਣਾ ਜੋ ਵੀ ਆਬਕਾਰੀ ਕਾਨੂੰਨ ਨੇ ਉਹਨਾਂ ਦੀ ਪਾਲਣਾ ਕਰਨ ਔਰ ਕਿਸੇ ਵੀ ਤਰੀਕੇ ਦੀ ਕੋਈ ਬਲਕ ਸੇਲ ਜਾਂ ਕਲੈਂਡਰਸਟਾਈਨ ਸੇਲ ਨਾ ਕਰਨ। ਮਹਿਕਮਾ ਸਾਰੇ ਠੇਕਿਆਂ 'ਤੇ ਔਰ ਸ਼ਰਾਬ ਦੀ ਮੂਵਮੈਂਟ 'ਤੇ ਪੈਣੀ ਨਿਗਾਹ ਰੱਖੇਗਾ। ਪੁਲਿਸ ਵਿਭਾਗ ਨਾਲ ਮਿਲ ਕੇ ਆਬਕਾਰੀ ਵਿਭਾਗ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ ਜੋ ਲਗਾਤਾਰ ਚੈਕਿੰਗ ਕਰ ਰਹੀਆਂ ਹਨ। ਪ੍ਰਸ਼ਾਸਨ ਦੁਆਰਾ ਵੀ FST ਅਤੇ SST ਟੀਮਾਂ ਬਣਾਈਆਂ ਗਈਆਂ ਹਨ ਜੋ ਲਿਕਰ ਦੀ ਮੂਵਮੈਂਟ 'ਤੇ ਨਿਗਰਾਨੀ ਰੱਖ ਰਹੀਆਂ ਹਨ। ਮਹਿਕਮੇ ਦਾ ਇਹ ਯਕੀਨ ਹੈ ਕਿ ਅਸੀਂ ਇਸ ਸਾਰੀ ਚੋਣ ਦੇ ਚੋਣਾਂ ਦੇ ਦੌਰਾਨ ਜਿਹੜੀ ਹੈ ਆਪਣਾ ਸ਼ਰਾਬ ਦੀ ਮੂਵਮੈਂਟ ਅਤੇ ਇਹਦੀ ਸਟੋਰੇਜ 'ਤੇ ਅਸੀਂ ਸਖ਼ਤ ਨਿਗਰਾਨੀ ਰੱਖਣ 'ਚ ਕਾਮਯਾਬ ਹੋਵਾਂਗੇ ਅਤੇ ਇਹਨਾਂ ਚੋਣਾਂ ਨੂੰ ਅਸੀਂ ਬੜੇ ਹੀ ਨਿਰਪੱਖ ਅਤੇ ਆਪਣਾ ਬੜੇ ਹੀ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ 'ਚ ਕਾਮਯਾਬ ਹੋ। ਮੈਂ ਜਗਵੰਤ ਟੀਵੀ ਲਈ ਹਰੀਸ਼ ਬਠਲਾ।